ਅੱਜ ਮੈਂ ਆਪਣੇ ਆਪ ਨੂੰ ਭਾਗਾ ਵਾਲਾ ਫੀਲ ਕਰਦਾ ਉਹ ਪਤਾ ਕਿਉਂ ਸਾਡਾ ਯਾਰ ਆ ਮਿੱਤਰ ਸਾਡਾ ਪਹਿਲਾਂ ਹੋਰ ਕੰਮ ਕਿ ਬੜੇ ਕੰਮ ਕੀਤੇ ਬੜੇ ਕਾਰਜ ਬਣਾਪੇ ਉਹਨੇ ਫਿਰ ਨਾ ਅੱਕ ਬਹਾਰ ਕੇ ਖੋਲ ਦਿੱਤੀ ਬੈਕਰੀ ਬੈਕਰੀ ਖੋਲਤੀ ਸਾਡੇ ਨਗਰ ਦੇ ਵਿੱਚ ਇੱਕ ਸਾਡੀ ਸ਼ਾਰਟ ਫਿਲਮ ਹੀ ਆ ਸਮਝ ਲਓ ਬੈਕਰੀ ਖੋਲਤੀ ਪੈਸਾ ਪੂਹਾ ਲਾ ਕੇ ਵਧੀਆ ਜੇ ਆ ਬੈਕਰੀ ਉਸੇ 'ਚ ਬੈਠੇ ਆ ਦੇਖ ਲਓ ਨਜ਼ਰ ਮਾਰ ਅਤੇ ਉਹਦਾ ਕਹਿਣ ਵਾ ਕਿ ਜਿੱਦਾਂ ਜਦੋਂ ਕੇਕ ਬਣਾਉਂਦੇ ਕੇਕ ਵੀ ਆਪ ਹੀ ਬਣਾਉਂਦੇ ਆ ਬਹੁਤ ਸੋਹਣੇ ਮਸ਼ਹੂਰੀ ਵੀ ਨਾਲ ਹੀ ਕਰਦੇ ਆ ਪਰ ਫਰੀ 'ਚ ਖਾਣਾ ਮਸ਼ਹੂਰੀ ਵੀ ਨਾਲ ਉਹ ਕੇਕ ਪਏ ਵਿੱਚ ਉਹ ਦੇਖੋ ਪਏ ਨਾ ਕੇਕ ਕੇਕ ਬਣਾਉਂਦੇ ਜਿੱਦਾਂ ਕੇਕ ਦੋ ਕੁ ਦਿਨ ਪਿਆ ਰਹਿ ਗਿਆ ਹੋ ਹੀ ਜਾਂਦਾ ਨਹੀਂ ਗਾਹਕ ਹੁੰਦਾ ਇੱਥੇ ਕਹਿੰਦੇ ਠਾੜਾ ਲੱਗੀ ਹੋਈ ਆ ਕਲਾਰਾਂ ਪੈਂਟ ਆਪਣਾ ਹੈ ਨਾ ਅਤੇ ਫਿਰ ਜਦੋਂ ਜੇ ਗਾਹਕ ਨਹੀਂ ਆਉਂਦਾ ਫਿਰ ਤੀਏ ਕਹਿੰਦੇ ਜਿੱਦਾਂ ਆ ਵੀ ਆਪ ਹੀ ਕਾਪਾ ਫੇਰ ਦੇਣਾ ਖਾਣ ਨੂੰ ਜਿੱਦਾਂ ਉਹ ਮੈਨੂੰ ਪਤਾ ਅੱਜ ਲੱਗੀ ਦੁਕਾਨ ਖੋਲ੍ਹੀ ਨਾ ਹੋ ਗਿਆ 6 ਮਹੀਨੇ ਤਾਂ ਮੈਂ ਅੰਦਰੋਂ ਫੀਲਿੰਗ ਗਿਲਟੀ ਇਹਨਾਂ ਇਹਨਾਂ ਨੂੰ ਸਾਰਿਆਂ ਨੂੰ ਪਤਾ ਹੈ ਇਹ ਰੋ ਇਹ ਵਧੀਆ ਧੀ ਇੱਧਰ ਨਾਲੇ ਇੱਕ ਤਾਂ ਥੋੜ੍ਹਾ ਜਿਹਾ ਸਟਿੰਗ ਸਟੁੰਗ ਪੀ ਜਾਣੀ ਨਾਲੇ ਉਹ ਖਾ ਜਾਣੇ ਪਹਿਲੀ ਲੈਟ ਟੂ ਮੱਚ ਹੀ ਆ ਤੇਰੇ ਇਹਨਾਂ ਨੂੰ ਪਤਾ ਸੀ ਸਾਰੀ ਗੱਲ ਦਾ ਮੈਨੂੰ ਨਹੀਂ ਪਤਾ ਤੂੰ ਅੱਜ ਪਤਾ ਲੱਗੀ ਆ ਤੂੰ ਮੈਨੂੰ ਕਹਿੰਦੇ ਵੀ ਕਿੱਦਾਂ ਮੈਂ ਕਿਹਾ ਵੀ ਆ ਜਾ ਕਰਾਂਗੇ ਏਡੀ ਕਿੰਨੀ ਕੁ ਗੱਲ ਆ ਅਤੇ ਮੇਰਾ ਵੀਰ ਕਈ ਪਿਆਰ ਨਾਲ ਮੋਟਾ ਸੱਦਦੇ ਹੁੰਦੇ ਉੱਦਾਂ ਤਾਂ ਨਾ ਉਹਦਾ ਤਨਵੀਰ ਆ ਹਰਮਨ ਵੀ ਰੱਖਿਆ ਨਾ ਅਤੇ ਨਹੀਂ ਹਰਮਨ ਵੀ ਇਹਨੂੰ ਕਹਿ ਦਿੰਦੇ ਹੁੰਦੇ ਆ ਕਿਉਂਕਿ ਇਹਨੇ ਉਹ ਵੀ ਲਾਉਂਦਾ ਨਾ ਡੈਕ ਡੁੱਕ ਟਾਈਟਰਾਂ ਦੇ ਉਹ ਸਾਹਮਣੇ ਥਾ ਸੰਦ ਵਲੇ ਵਾਂ ਇਹ ਵੀਡੀਓ ਤਾਂ ਬਣਾਉਣ ਨਾ ਪਿਆ ਵੀ ਜੇ ਅਗਲਾ ਮੁੱਕਰ ਬਣਾ ਸਕੇ ਵੀ ਨਹੀਂ ਅਸੀਂ ਕਦੋਂ ਕਿਹਾ ਉਹ ਰੱਖੀ ਫਿਰਦਾ ਵਾ ਹੱਥ 'ਤੇ ਵੱਡਾ ਅਤੇ ਆਹ ਸ਼ੋਪ ਖੋਲ੍ਹੀ ਆ ਆਪਣੇ ਪਿੰਡ ਹੀ ਅਤੇ ਆਹ ਉਹ ਫੇਰ ਰੱਖ ਦੇਣ ਲੱਗਾ ਲੱਗਦਾ ਵਿੱਚ ਤੁਹਾਨੂੰ ਤਾਏ ਹੁਣੀ ਬੈਠੇ ਤਾਏ ਹੁਣੀ ਅਤੇ ਲੱਗਾ ਹੁਣ ਨਿਆਣਿਆਂ ਦਾ ਕਰਕੇ ਥੋੜ੍ਹਾ ਜਿਹਾ ਪਰਹੇਜ ਉਹ ਬੁੱਤ ਕੀ ਹੋਇਆ ਉਹ ਜਾਂਦਾ ਗੱਭਰੂ ਉਹ ਜਾਂਦਾ ਗੱਭਰੂ ਉੜਿਆ ਜਿੱਦਾਂ ਹਨੇਰੀ 'ਚ ਲਿਫਾਫਾ ਉੜਿਆ ਜਾਂਦਾ ਹੁੰਦਾ ਫਿਰ ਮੁੜ ਸੁਰਤੀਆਂ ਉੱਥੇ ਲੈ ਕੇ ਚੱਲਦੇ ਹਾਂ ਵੀ ਸਾਡਾ ਭਰਾ ਕਹਿੰਦਾ ਫਿਰ ਆਪਾਂ ਇੱਦਾਂ ਆਪ ਹੀ ਫੇਡ ਵੱਢ ਲਈਦਾ ਉਹ ਆਉਂਦਾ ਲੈ ਕੇ ਸਿੱਖ ਆਪਣੇ ਕਰ ਕਮਲਾਂ ਰਾਹੀਂ ਕਰਦ ਵੀ ਇਹਨਾਂ ਵਾਲੀ ਉਹ ਦੂਜੀ ਸ਼ੀਸ਼ੇ ਜਿਹਦੀ ਅਤੇ ਹੁਣ ਇੱਥੇ ਕੱਟ ਹੋਊਗਾ ਕੇਕ ਇਹ ਕਿਸੇ ਦਾ ਬਰਥਡੇ ਨਹੀਂ ਬਸ ਐਵੇਂ ਕੇਕ ਦਾ ਮਿੱਠਾ ਮੁੱਠਾ ਚੈੱਕ ਕਰਨ ਨੂੰ ਕੱਟਣ ਲੱਗੇ ਇਹ ਹੁੰਦਾ ਵਾਧਾ ਜਦੋਂ ਤੁਹਾਡੇ ਭਾਈ ਭਰਾ ਦੀ ਸ਼ੋਪ ਹੋਵੇ ਨਾਲੇ ਲਾਹਾ ਲੈ ਲਓ ਨਾਲੇ ਵਧਾਈਆਂ ਦੇਈਓ ਘੜੀ ਘੜੀ ਅਤੇ ਨਾਲੇ ਖਾ ਖੂ ਜਾਓ ਆਓ ਲਿਆਓ ਹੁਣ ਵੀ ਕਿ ਤਰਸਾਉਣੇ ਹੀ ਆ ਬੰਦ ਨਹੀਂ ਤੇ ਲਿਆ ਫਿਰ ਵੀਡੀਓ ਬਣਾ ਲਈ ਦੀ ਉਡੀਕਣ ਦਿਆ ਵੀ ਕਦੋਂ ਬੁਲਾਰਾ ਕਰਨ ਹਟੇ ਤੇ ਕਦੋਂ ਲਿਆ ਵਾ ਅੱਜ ਆ ਲਿਆ ਮੇਰਾ ਵੀਰ ਆਏ ਹਾਏ ਹੈਪੀ ਬਰਥਡੇ ਕਿਹਦਾ ਬਣੀ ਆ ਲਿਖਣ ਲੁਖਣ ਘੈਂਟ ਲਾ ਪਿਆ ਉਦਾਂ ਬਈ ਨਹੀਂ ਸਹੀ ਆ ਉੱਤੇ ਦਿਲ ਪਾਇਆ ਪਾਲੇ ਪਾਸੇ ਹੋ ਗਿਆ ਤੇ ਇਹ ਕਿਹੜੀ ਖੁਸ਼ੀ ਜੀ ਇਹ ਦੱਸੋ ਚਲੋ ਨਹੀਂ ਤਾਂ ਦੱਸੋ ਤਾਂ ਸਹੀ ਆ ਬਈ ਕਿੱਡੀ ਵੱਡੀ ਗੱਲ ਆ ਤਾਂ ਜਿਹੜੇ ਹੋਰ ਦੇਖਣਗੇ ਉਹਨਾਂ ਨੇ ਕਹਿਣਾ ਯਾਰ ਉੱਥੋਂ ਹੀ ਲੈ ਕੇ ਆਈਗੀ ਉਹ ਨਹੀਂ ਤਾਂ ਬਈ ਚੀਜ਼ ਦਿੰਦੇ ਜਿੱਦਾਂ ਨਾਂ ਲਿਖਿਆ ਹਫ਼ਤੇ 'ਚ ਕਿਤੇ ਹੁੰਦਾ ਇੱਕ ਅੱਧਾ ਉਹਦਾ ਹੁਣ ਨਿਗਾਹ ਰੱਖਣੀ ਪਿਆ ਕਰਨੇ ਨਹੀਂ ਹੁਣ ਆਇਆ ਕਰਾਂਗੇ ਜਿੱਦਾਂ ਦੱਸਿਆ ਕਰਿਓ ਕਦੋਂ ਨਹੀਂ ਬਹੁਤ ਵਧੀਆ ਲੱਗਾ ਇਹ ਮੈਨੂੰ ਇੱਕ ਗੱਲ ਹੋਰ ਲੱਗਦੀ ਇੱਦਾਂ ਤਾਂ ਨਹੀਂ ਵੀ ਇੱਦਾਂ ਕਿਸੇ ਨੂੰ ਕਿਹਾ ਹੋਵੇ ਅੱਜ ਮੇਰਾ ਬਰਥਡੇ ਆ ਤਾਂ ਉੱਤੇ ਨਾਂ ਲਿਖ ਲਿਆ ਵਾ ਏਦਾਂ ਕਟਾ ਹੁੰਦਾ ਰੋਜ਼ ਹੀ ਸਾਡੇ ਰੋਜ਼ ਹੀ ਮਤਲਬ ਜਦੋਂ ਵੀ ਹੋਵੇ ਕੋਈ ਨਾ ਕੋਈ ਆਇਆ ਜਾਵੇ ਫਿਰ ਇੱਦਾਂ ਆਪਣਾ ਬੰਦਾ ਫਿਰ ਕੱਟ ਲਈਦਾ ਨਹੀਂ ਬਹੁਤ ਬਹੁਤ ਧੰਨਵਾਦ ਸੋ ਇੱਦਾਂ ਇਹ ਹੈ ਸਾਡਾ ਤੇ ਪ੍ਰੇਮ ਮਿੱਤਰੋ ਇਹ ਬਹਿਣੋ ਇਹ ਆ ਤੇ ਪ੍ਰੇਮ ਸ਼ੁਗਲ ਮੁਗਲ ਅਤੇ ਨਾਲੇ ਹੁਣ ਮਿੱਠਾ ਪੱਤੀ ਦੇਖ ਲੈਂਦੇ ਹਾਂ ਇਹ 'ਚ ਅਤੇ ਨਾਲੇ ਖਾ ਲੈਂਦੇ ਹਾਂ ਸੋ ਬਹੁਤ ਬਹੁਤ ਧੰਨਵਾਦ ਤੁਸੀਂ ਵੀਡੀਓ ਦੇਖੀ ਆ ਅਤੇ ਹੁਣ ਅਸੀਂ ਇਹਨੂੰ ਦੇਖੀਏ ਹੈਪੀ ਬਰਥਡੇ ਦਾਵਨੀ ਹੈਪੀ ਬਰਥਡੇ ਕਿਸੇ ਦਾ ਵੀ ਨਹੀਂ ਉੱਦਾਂ ਹੀ ਕੱਟਿਆ ਆਪ ਲਿਖੇ ਨਾ ਅਦੇ ਉਹਨੇ ਪੁੱਠੇ ਤਰੀਕੇ ਨਾਲ ਕੱਟਿਆ ਐਵੇਂ ਸਾਰੇ ਲਾ ਲਓ ਉਦੋਂ ਮੇਰੇ ਮੂੰਹ ਮਾਂ ਨੂੰ ਗਲਤ ਕਵੇ ਹਾਂ ਬਈ ਬਹੁਤ ਖੁਸ਼ੀ ਐਕਚੁਅਲੀ ਬਰਥਡੇ ਤਾਂ ਵੀ ਆਇਆ ਰਹਿੰਦਾ ਤੁਸੀਂ ਕਿਤੇ ਨਹੀਂ
ਜਦੋਂ ਦੁਕਾਨ ਹੀ ਆਪਣੀ ਹੋਵੇ ਫਿਰ ਬਾਡੇ ਦੀ ਕਿਹੜੀ ਗੱਲ ਜਿਹੜਾ ਮਰਦੀ ਦੁਕਾਨ ਨਹੀਂ ਬਾਬੇ।